ਮੈਂ ਸਹਿਰਜੀਤ ਸਿੰਘ, ਪਿੰਡ ਸ਼ੇਰਪੁਰ, ਤਹਿਸੀਲ ਮਲੋਹ, ਡਿਸਟ੍ਰਿਕਟ ਸ੍ਰੀ ਫਤਿਹਗੜ੍ਹ ਸਾਹਿਬ। ਅਸੀਂ ਆ 327 ਕਣਕ ਬੀਜੀ ਸੀ 20 ਅਕਤੂਬਰ ਨੂੰ। ਇਹ ਬਹੁਤ ਵਧੀਆ ਲੱਗਦੀ ਹੈ ਮੈਨੂੰ। ਇਹ 'ਚ ਅਸੀਂ 2 ਥੈਲੇ DAP, 3 ਥੈਲੇ ਯੂਰੀਆ ਪਾਇਆ ਸੀਗਾ, ਅਤੇ ਹੁਣ ਇਹ 'ਤੇ ਕਲਿਊਸਿਨ ਦੀ ਸਪਰੇਅ ਕੀਤੀ। ਇਹ ਸਾਡੇ ਕੋਲ 12-13 ਏਕੜ ਹੈ, ਅਤੇ ਇਹ ਬਹੁਤ ਵਧੀਆ ਮੈਨੂੰ ਬੀਜ ਲੱਗਦਾ। ਇਹ ਅਸੀਂ ਜੜੀਆ ਸੀਡ ਅਮਲੋਹ ਤੋਂ ਲਿਆ ਸੀਗਾ, ਜੋ ਕਿ ਹੁਣ ਇਹ ਲਾਸਟ ਝੰਡਾ ਪੱਤਾ ਕੱਢ ਚੁੱਕੀ ਹੈ। ਹੁਣ ਮੌਸਮ, ਜਿਹੜਾ ਮੌਸਮ ਚੱਲ ਰਿਹਾ ਹੁਣ ਫਿਲਹਾਲ ਠੰਡ ਦਾ, ਇਹ ਮੌਸਮ 'ਚ ਮੈਨੂੰ ਲੱਗਦਾ ਵੀ ਇਹ ਝਾੜ ਦੀ ਸਮਰੱਥਾ ਬਹੁਤ ਚੰਗੀ ਰੱਖੂਗੀ, ਜੋ ਕਿ ਇਹਦੇ ਬਾਰੇ ਦੱਸਿਆ ਜਾਂਦਾ। ਇਹ ਤਕਰੀਬਨ ਨਸਾਰੇ 'ਤੇ ਹੀ ਹੈ, ਇਹ 10 ਤੋਂ 15 ਦਿਨ ਦੇ ਵਿੱਚ ਵਿੱਚ ਨਿਸਰ ਜੂਗੀ, ਅਤੇ ਇਹ ਬਹੁਤ ਵਧੀਆ ਸੀਡ ਹੈ। ਜੋ ਮੌਸਮ ਹੁਣ ਚੱਲਦਾ ਐਵੇਂ ਦਾ ਹੀ ਕੁਦਰਤ ਅੱਗੇ ਜਾ ਕੇ ਇਹਨੂੰ ਪਰਮਾਤਮਾ ਪੱਕਣ ਦੇ ਸਮੇਂ 'ਚ ਸਮਾਂ ਦੇਵੇ, ਤਾਂ ਬਹੁਤ ਚੰਗੀ ਵਰਾਇਟੀ ਹੈ, ਕਿਸਾਨ ਵੀਰਾਂ ਦੇ ਹੱਕ ਦੀ ਵਰਾਇਟੀ ਹੈ। ਬਹੁਤ ਵਧੀਆ ਹਾਈਟ ਵੀ ਹੈ ਇਹਦੀ, ਅਤੇ ਤੂੜੀ ਵੀ ਇਹ 'ਚੋਂ ਚੰਗੀ ਬਣੂਗੀ, ਦਾਣੇ ਵੀ ਬਹੁਤ ਚੰਗੇ ਪੈਣਗੇ। ਬਹੁਤ ਸੋਹਣਾ ਦੇਖੋ ਖੇਤ ਖੜ, ਵਧੀਆ ਚੌੜਾ ਪੱਤਾ ਉੱਪਰੋਂ, ਬਹੁਤ 187 ਵਰਗੀ ਵਰਾਇਟੀ ਹੈ ਤਕਰੀਬਨ, ਉਵੇਂ ਦੀ ਝਾੜ ਦੇਣ 'ਚ ਸਮਰੱਥਾ ਬਹੁਤ ਵਧੀਆ ਲੱਗਦੀ ਹੈ ਮੈਨੂੰ। ਬਾਕੀ ਪਰਮਾਤਮਾ ਨੂੰ ਆਪੀ ਇਹ 'ਤੇ ਮਿਹਰ ਕਰੂਗਾ।